ਹਾਂ ਇਹ ਅਮੋਲਕ ਸਮਾਂ ਵਾਰ ਵਾਰ ਨਹੀਂ ਮਿਲਦਾ ਗਾ। ਇਨਸਾਨੀ ਜਾਵਾਂ ਬੜਾ ਉੱਤਮ ਹੈ। ਅਗਰ ਅਸੀਂ ਇਸ ਦੇ ਵਿੱਚ ਬੈਠ ਕੇ ਇਨਸਾਨਾਂ ਵਾਲੇ ਕਰਮ ਕਰੀਏ, ਨਾਮ ਦੀ ਕਮਾਈ ਕਰੀਏ, ਅਸੀਂ ਤਰੱਕੀ ਕਰ ਜਾਂਦੇ ਹਾਂ, ਇਸ ਨੂੰ ਸਫਲ ਬਣਾ ਜਾਂਦੇ ਹਾਂ। ਜੇ ਇਸ ਦੇ ਵਿੱਚ ਬੈਠ ਕੇ ਅਸੀਂ ਪਸ਼ੂ ਪੰਛੀਆਂ ਵਾਲੇ ਕਰਮ ਕਰਦੇ ਹਾਂ, ਉਹਨਾਂ ਦੇ ਜਾਮਿਆਂ ਵਿੱਚ ਅਵਾਛੀ ਜਾ ਕੇ ਅਸੀਂ ਜਨਮ ਲੈ ਲੈਂਦੇ ਹਾਂ। ਪ੍ਰਭੂ ਪਰਮਾਤਮਾ ਨੇ ਇਨਸਾਨ ਦੀ ਰਚਨਾ ਇੰਨੀ ਸਿਆਣਪ ਔਰ ਸਮਝ ਨਾਲ ਕਰੀ ਹੈ। ਜੋ ਕੁਛ ਬਾਹਰ ਅਸੀਂ ਅੱਖਾਂ ਦੇ ਨਾਲ ਦੇਖ ਰਹੇ ਹਾਂ, ਇਸ ਨੂੰ ਅੰਦਰ ਵੀ ਸੂਖਮ ਰੂਪ ਦੇ ਵਿੱਚ ਰੱਖ ਦਿੱਤਾ ਹੈ। ਜੋ ਕੁਛ ਅਸੀਂ ਬਾਹਰ ਦੇਖਦੇ ਹਾਂ ਉਹ ਸਰੀਰ ਦੇ ਅੰਦਰ ਵੀ ਹੈ। ਪਿਤਾ ਮਹਾਤਮਾ ਜੀ ਕਹਿੰਦੇ ਆ, ਜੋ ਬ੍ਰਹਮੰਡੇ ਸੋਈ ਪਿੰਡੇ। ਹਜ਼ਰਤ ਈਸਾ ਨੇ ਵੀ ਕਿਹਾ ਕਿ ਪਰਮਾਤਮਾ ਦੀ ਦਰਗਾਹ ਤੁਹਾਡੇ ਅੰਦਰ ਹੈ। ਜਦੋਂ ਅਸੀਂ ਆਪਣੇ ਫੈਲੇ ਖਿਆਲ ਨੂੰ ਸਿਮਰਨ ਦੇ ਜ਼ਰੀਏ ਅੱਖਾਂ ਦੇ ਪਿੱਛੇ ਲਿਆਉਂਦੇ ਹਾਂ, ਬੜੀ ਆਸਾਨੀ ਦੇ ਨਾਲ ਉਸ ਬ੍ਰਹਮੰਡ ਦਾ ਨਜ਼ਾਰਾ ਦੇਖ ਸਕਦੇ ਹਾਂ। ਔਰ ਮਹਾਤਮਾ ਸਾਨੂੰ ਦੱਸਦੇ ਹੈ ਕਿ ਇਹ ਅੰਦਰ ਕਿਤਾਬ ਦੀ ਤਰ੍ਹਾਂ ਖੁੱਲ ਜਾਂਦਾ ਹੈ, ਅੰਦਰ ਜਾ ਕੇ ਕੋਈ ਸ਼ੱਕ ਨਹੀਂ ਰਹਿੰਦਾ ਗਾ। ਇਹ ਰੂਹਾਨੀ ਨਕਸ਼ਾ ਸਾਡੇ ਤੀਸਰੇ ਤਿਲ ਮਨ ਦੀਆਂ ਡੁਬਾਹੀਆਂ ਦੇ ਪਿੱਛੇ ਹੈ, ਔਰ ਸਾਡਾ ਜੋ ਜਾਨੀ ਦੁਸ਼ਮਣ ਮਨ ਹੈ ਇਹਨੂੰ ਬਾਹਰ ਭਟਕਣ ਦੀ ਆਦਤ ਪਈ ਹੋਈ ਹੈ। ਇਹ ਸਾਨੂੰ ਅੰਦਰ ਹੀ ਨਹੀਂ ਵੜਨ ਦਿੰਦਾ ਗਾ। ਉਹ ਕਾਦਰ, ਉਹ ਪਰਮਾਤਮਾ ਸੂਖਮ ਰੂਪ ਅੰਦਰ, ਉਹ ਵੀ ਸਰੀਰ ਦੇ ਵਿੱਚ ਹੀ ਬੈਠਾ ਹੈ। ਅੱਜ ਤੱਕ ਨਾ ਕਦੇ ਬਾਹਰੋਂ ਕਿਸੇ ਨੂੰ ਮਿਲਿਆ, ਨਾ ਮਿਲ ਹੀ ਸਕਦਾ ਹੈ। ਹਾਂ ਬਈ, ਮਨ ਨੂੰ ਸ਼ਾਂਤ ਕਰੋ। ਰੋਜ਼ ਦੀ ਤਰ੍ਹਾਂ ਸ਼ਾਂਤ ਮਨ ਹੀ ਅਭਿਆਸ ਕਰ ਸਕਦਾ ਹੈ। ਅਭਿਆਸ ਨੂੰ ਬੋਝਾ ਨਾ ਸਮਝੋ, ਪ੍ਰੇਮ ਪਿਆਰ ਨਾ ਕਰੋ। ਅਭਿਆਸ ਦੇ ਵਕਤ ਮਨ ਬਾਹਰ ਗਲੀਆਂ ਬਾਜ਼ਾਰਾਂ ਦੁਨੀਆਂ ਵਿੱਚ ਨਾ ਭਟਕਣ ਦਿਓ। ਤੀਸਰੇ ਤਿਲ 'ਤੇ ਇਕਾਗਰ ਕਰੋ।